ਕੇਂਦਰੀ ਯੂਨੀਵਰਸਿਟੀ ਕੈਂਪਸ ਘੁੱਦਾ ਵਿਖੇ ਅੱਜ ਨਸ਼ਿਆਂ ਦੀ ਰੋਕਥਾਮ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇੱਕ ਰਾਸ਼ਟਰੀ ਸੈਮੀਨਾਰ ਦਾ ਕੀਤਾ ਆਯੋਜਨ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਵਿਸ਼ੇਸ਼ ਤੌਰ 'ਤੇ ਹੋਏ ਸ਼ਾਮਲ। ਦੱਸ ਦਈਏ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਵਿਖੇ ਚੱਲ ਰਹੀ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਕੈਂਪਸ ਹਾਲ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਇਸ ਭਿਆਨਕ ਬਿਮਾਰੀ ਤੋਂ ਦੂਰ ਰਹਿਣ ਲਈ ਇੱਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰੀ ਪੱਧਰ 'ਤੇ ਕਰਵਾਏ ਗਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਨੇ ਕਿਹਾ ਹੈ ਕਿ ਜੋ ਨਸ਼ਾ ਮੁਕਤ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਇਸ ਵਿੱਚ ਸਾਡੇ ਵੱਲੋਂ ਪੂਰੇ ਭਾਰਤ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਅਸੀਂ ਪੂਰੇ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਇਆ ਹੈ, ਉਸ ਤਰ੍ਹਾਂ ਹੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਾਰਤ ਨੂੰ ਨਸ਼ਾ ਮੁਕਤ ਕਰੀਏ। ਇਸ ਮੌਕੇ ਉਹਨਾਂ ਵੱਲੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੱਤਾ ਕਿ ਇਸ ਵਾਰ 15 ਅਗਸਤ ਨੂੰ ਮਨਾਏ ਜਾ ਰਹੇ 75ਵੇਂ ਆਜ਼ਾਦੀ ਦਿਵਸ 'ਤੇ ਹਮੇਸ਼ਾ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਜਾਵੇ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਹੋਏ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ SSP ਬਠਿੰਡਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀਆਂ ਅਪੀਲਾਂ ਕੀਤੀਆਂ। ਇਸ ਮੌਕੇ ਇਸ ਰਾਸ਼ਟਰੀ ਪੱਧਰ 'ਤੇ ਕਰਵਾਏ ਗਏ ਸੈਮੀਨਾਰ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸਟਾਫ ਵੱਲੋਂ ਨਸ਼ਿਆਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪ੍ਰਣ ਲਿਆ ਗਿਆ। ਨਸ਼ਾ ਮੁਕਤ ਸਮਾਜ ਅੰਦੋਲਨ ਅਭਿਆਨ ਕੌਸ਼ਲ ਕਾ ਕੇ ਤਹਿਤ ਇਸ ਅੰਦੋਲਨ ਕੋ ਹਮਨੇ ਸ਼ੁਰੂ ਕੀਆ ਹੈ। ਹਮ ਪੂਰੇ ਦੇਸ਼ ਕੋ ਨਸ਼ੇ ਸੇ ਬਚਾਨੇ ਕੇ ਲੀਏ ਸਭੀ ਲੋਗੋਂ ਕੋ ਜੋੜਨਾ ਚਾਹਤੇ ਹੈ। ਨਈ ਪੀੜ੍ਹੀ ਕੇ ਜੋ ਲੜਕੇ ਲੜਕੀਆਂ ਜੋ ਨਸ਼ਾ ਕੀ ਤਰਫ ਬੜ ਰਹੇ ਹੈ ਔਰ ਜੋ ਨਸ਼ੇ ਕੇ ਪੈਡਲਰ ਹੈ, ਨਸ਼ਾ ਕੇ ਜੋ ਸੌਦਾਗਰ ਹੈ, ਜੋ ਨਸ਼ਾ ਲੋਗੋਂ ਕੋ ਕਰਾਨੇ ਕਾ ਕਾਮ ਕਰਾ ਰਹੇ ਹੈ, ਵੋ ਇਸ ਦੇਸ਼ ਕੇ ਨੌਜਵਾਨ ਪੀੜ੍ਹੀ ਕੇ ਸਾਥ ਧੋਖਾ ਕਰ ਰਹੇ ਹੈ, ਗੱਦਾਰੀ ਕਰ ਰਹੇ ਹੈ ਔਰ ਪੈਸੇ ਕੇ ਲਾਲਚ ਮੇਂ ਨਈ ਪੀੜ੍ਹੀ ਕੇ ਲੋਗੋਂ ਕੀ ਜ਼ਿੰਦਗੀ ਬਰਬਾਦ ਕਰਨੇ ਕਾ ਕਾਮ ਕਰ ਰਹੇ ਹੈ। ਹਰ ਸਾਲ ਨਸ਼ੇ ਕੀ ਵਜ੍ਹਾ ਸੇ ਕਰੀਬ 15 ਲੱਖ ਲੋਗੋਂ ਕੀ ਮੌਤ ਹੋਤੀ ਹੈ, ਜਬਕਿ ਆਜ਼ਾਦੀ ਕੇ ਅੰਦੋਲਨ ਮੇਂ 1857 ਸੇ 1947 ਤੱਕ ਕਰੀਬ 6,32,000 ਲੋਗੋਂ ਕੀ ਕੁਰਬਾਨੀ ਹੋਈ ਥੀ। ਅੰਗਰੇਜ਼ੋਂ ਸੇ ਲੜਤੇ ਹੋਏ ਹਮਾਰੇ ਦੇਸ਼ ਕੇ ਲੋਗੋਂ ਨੇ ਇਸ ਲਈ ਨਹੀਂ ਆਪਣੀ ਕੁਰਬਾਨੀ ਦੀ ਥੀ ਕਿ ਹਮਾਰਾ ਦੇਸ਼ ਨਸ਼ੇ ਕੇ ਚੱਕਰ ਮੇਂ ਫਸ ਜਾਏ। ਅੱਜ ਨਸ਼ੇ ਕੇ ਜਾਲ ਮੇਂ ਇੱਕ ਵਿਦੇਸ਼ੀ ਸਾਜਿਸ਼ ਕੇ ਤਹਿਤ ਫਸਾ ਹੁਆ ਹੈ, ਇਸ ਲਈ ਹਮਾਰੀ ਆਪਕੀ ਸਭਕੀ ਜ਼ਿੰਮੇਦਾਰੀ ਬਣਤੀ ਹੈ ਕਿ ਹਮ ਆਪਣੇ ਆਪਣੇ ਬੱਚੋਂ ਕੋ, ਪੜੋਸ ਕੇ ਬੱਚੋਂ ਕੋ, ਆਪਣੇ ਛੇਤਰ ਕੇ ਬੱਚੋਂ ਕੋ, ਆਪਣੇ ਪ੍ਰਦੇਸ਼ ਕੇ ਬੱਚੋਂ ਕੋ, ਆਪਣੇ ਦੇਸ਼ ਕੇ ਬੱਚੋਂ ਕੋ ਨਸ਼ੇ ਸੇ ਬਚਾਨੇ ਕਾ ਕਾਮ ਕਰੇਂ, ਉਨਕੀ ਦੋਸਤੀ ਨਸ਼ਾ ਮੁਕਤ ਦੋਸਤੀ ਰੱਖੇਂ, ਆਪਣਾ ਪਰਿਵਾਰ ਨਸ਼ਾ ਮੁਕਤ ਪਰਿਵਾਰ ਰੱਖੇਂ ਔਰ ਪੰਜਾਬ ਕੋ ਨਸ਼ਾ ਮੁਕਤ ਪੰਜਾਬ ਬਣਾਨੇ ਕੇ ਲਈ ਇਸ ਪਰ ਕਾਮ ਕਰੇਂ। ਔਰ ਇਸੀ ਕੇ ਲਈ ਆਜ ਮੈਂ ਕੇਂਦਰੀ ਵਿਸ਼ਵ ਵਿਦਿਆਲਯ ਪੰਜਾਬ ਜੋ ਬਠਿੰਡਾ ਮੇਂ ਹੈ ਮੈਂ ਆਇਆ ਹੂੰ। ਹਮਾਰੇ ਡਾਕਟਰ ਆਰਪੀ ਤਿਵਾਰੀ ਜੀ ਜੋ ਹੈ ਯਹਾਂ ਕੇ ਵਾਈਸ ਚਾਂਸਲਰ ਹੈ ਔਰ ਸਭੀ ਜੋ ਪ੍ਰੋਫੈਸਰਸ ਸਟੂਡੈਂਟਸ ਯਹਾਂ ਪਰ ਜੁੜੇ ਮੈਂ ਉਨਕਾ ਆਭਾਰ ਵਿਅਕਤ ਕਰਤਾ ਹੂੰ ਕਿ ਸਭੀ ਨੇ ਸੰਕਲਪ ਲਿਆ ਹੈ ਔਰ ਆਗਾਮੀ 15 ਅਗਸਤ 2022 ਕੋ ਜਬ ਆਜ਼ਾਦੀ ਕੇ 75 ਸਾਲ ਪੂਰੇ ਹੋਣੇ ਪਰ ਆਜ਼ਾਦੀ ਕਾ ਝੰਡਾ ਫਹਿਰਾਇਆ ਜਾਏਗਾ, ਉਸਕੇ ਬਾਅਦ ਦੇਸ਼ ਕੇ ਅੰਦਰ ਕਰੀਬ 75 ਲੱਖ ਲੋਕ ਨਸ਼ਾ ਨਾ ਕਰਨੇ ਕਾ ਸੰਕਲਪ ਲੇਂਗੇ ਔਰ ਹਰ ਮਹੀਨੇ ਕਮ ਸੇ ਕਮ ਇੱਕ ਵਿਅਕਤੀ ਕੋ ਆਪਣੇ ਸਾਥ ਔਰ ਜੋੜੇਂਗੇ। ਇਸ ਤਰ੍ਹਾਂ ਉਹ ਨਸ਼ਾ ਮੁਕਤ ਭਾਰਤ ਬਣਾਨੇ ਕੇ ਅਭਿਆਨ ਮੇਂ ਇਹ ਜੁੜਨੇ ਕਾ ਕਾਮ ਕਰੇਂਗੇ ਔਰ ਹਮਾਰੀ ਆਪਕੀ ਜ਼ਿੰਮੇਦਾਰੀ ਬਣਤੀ ਹੈ ਕਿ ਹਾਂ ਜੈਸੇ ਅੰਗਰੇਜ਼ੋਂ ਸੇ ਮੁਕਤ ਕਰਾਇਆ ਹੈ ਦੇਸ਼ ਕੋ ਹਮਾਰੇ ਪੂਰਵਜੋਂ ਨੇ, ਕ੍ਰਾਂਤਕਾਰੀਓਂ ਨੇ, ਵੈਸੇ ਹਮਾਰੀ ਆਪਕੀ ਜ਼ਿੰਮੇਦਾਰੀ ਹੈ ਕਿ ਨਸ਼ੇ ਸੇ ਹਮ ਦੇਸ਼ ਕੋ ਮੁਕਤ। ਇਸਕਾ ਮੁੱਖ ਮਕਸਦ ਇਹ ਹੈ ਕਿ ਹਮਾਰੇ ਵਿਸ਼ਵਵਿਦਿਆਲਯ ਪਰਿਸਰ ਮੇਂ ਕਰੀਬ 2500 ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਔਰ PhD ਮੇਂ ਪੜ੍ਹਾਈ ਕਰ ਰਹੇ ਹੈ ਔਰ ਇਹ ਸਭ ਹਮਾਰੇ ਦੇਸ਼ ਕੇ ਭਵਿਸ਼ ਹੈ ਔਰ ਇਹ ਹਮਾਰੇ ਦੇਸ਼ ਕੇ ਭਵਿਸ਼ ਕੋ ਤਭੀ ਸੁਰੱਖਿਅਤ ਰੱਖ ਪਾਏਗੇ ਜਬ ਇਹ ਸਵਸਥ ਸੰਪੂਰਨ ਰੂਪ ਸੇ ਮਾਨਸਿਕ ਰੂਪ ਸੇ ਸਰੀਰਿਕ ਰੂਪ ਸੇ ਬੌਧਿਕ ਸਤਰ ਮੇਂ ਜਬ ਇਹ ਸਵਸਥ ਪੂਰਨ ਰੂਪ ਸਵਸਥ ਰਹੇਗੇ ਇਨਕੇ ਸੰਪੂਰਨ ਵਿਅਕਤਿਤਵ ਕਾ ਵਿਕਾਸ ਵਿਸ਼ਵਵਿਦਿਆਲਯ ਪਰਿਸਰ ਮੇਂ ਹੋਗਾ ਤਭੀ ਇਹ ਆਪਣੇ ਸਵਯਮ ਕਾ ਆਪਣੇ ਪਰਿਵਾਰ ਕਾ ਆਪਣੇ ਸਮਾਜ ਕਾ ਔਰ ਆਪਣੇ ਦੇਸ਼ ਕੀ ਸੇਵਾ ਕਰ ਪਾਏਗੇ। ਇਸਕੇ ਲੀਏ ਇਹ ਇੱਕ ਅਭਿਆਨ ਥਾ, ਇਸਕਾ ਇਹ ਕੋਈ ਰਾਜਨੈਤਿਕ ਅਭਿਆਨ ਨਹੀਂ ਹੈ, ਇਹ ਕੇਵਲ ਸਮਾਜਿਕ ਕਾਰਜਕ੍ਰਮ ਥਾ
जिसमें हमारे विश्वविद्यालय परिषद में जो विद्यार्थी हैं और इसके साथ साथ जो कर्मचारी हैं, शिक्षक हैं, वो इस कार्यक्रम से प्रेरणा लेते हुए अपना स्वस्थ जीवन व्यतीत करें और राष्ट्र निर्माण में, राष्ट्र की आर्थिक उन्नति में, सामाजिक उन्नति में और बौद्धिक उन्नति में अपना अपना योगदान सुनिश्चित करें, इसके लिए ये कार्यक्रम कराया गया था। मैं माननीय मंत्री महोदय का बहुत बहुत आभारी हूँ जिन्होंने अपना बहुमूल्य समय और हमारे विश्वविद्यालय के लिए दिया और अपने उत्तम विचारों से हमारे शिक्षकों, कर्मचारियों और विद्यार्थियों को संबोधित किया। मैं यहाँ की बठिंडा की सांसद महोदया का भी बहुत बहुत आभारी हूँ जो यहाँ पर पधारी और इस विषय पर वो भी अपने विचार व्यक्त करेंगी, और बठिंडा जिला प्रशासन सभी लोगों का मैं बहुत बहुत धन्यवाद करता हूँ।